ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਕਾਂਗਰਸ ਪਾਰਟੀ ਦੇ ਸਾਬਕਾ ਰਾਸ਼ਟਰੀ ਪ੍ਰਧਾਨ, ਦੇਸ਼ ਦੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਵੱਲੋਂ ਬੀਤੇ ਦਿਨੀ ਅਮਰੀਕਾ ਦੇ ਦੌਰੇ ਦੇ ਦੌਰਾਨ ਸਿੱਖਾਂ ਦੇ ਬਾਰੇ ਇੱਕ ਟਿੱਪਣੀ ਕੀਤੀ ਗਈ, ਜਿਸ ਨੂੰ ਲੈ ਕੇ ਭਾਰਤ ਦੀ ਸਿਆਸਤ ਦੇ ਵਿੱਚ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਇਹ ਵਿਵਾਦ ਅੱਗੇ ਦੀ ਅੱਗੇ ਵੱਧਦਾ ਜਾ ਰਿਹਾ ਹੈ। ਇੱਥੋਂ ਤੱਕ ਇਹ ਵਿਵਾਦ ਵੱਧ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਵੱਲੋਂ ਰਾਹੁਲ ਗਾਂਧੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਣ ਲੱਗ ਪਈਆਂ ਨੇ ਅਤੇ ਵਿਵਾਦ ਚਰਮ ਸੀਮਾ ਤੇ ਪਹੁੰਚ ਗਿਆ ਹੈ। ਪੰਜਾਬ ਦੇ ਦੋ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਪਹੁੰਚੇ। ਦਿੱਲੀ ਪਹੁੰਚ ਕੇ ਇਹਨਾਂ ਦੋਵਾਂ ਲੀਡਰਾਂ ਦੇ ਵੱਲੋਂ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਦਿੱਲੀ ਦੇ ਮੀਡੀਆ ਦੇ ਸਾਹਮਣੇ ਕਰ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਤੁਹਾਨੂੰ ਸੁਣਾ ਦਿੰਦੇ ਹਾਂ ਕਿ ਆਖਿਰ ਰਾਹੁਲ ਗਾਂਧੀ ਨੇ ਅਮਰੀਕਾ ਦੌਰੇ ਦੇ ਦੌਰਾਨ ਸਿੱਖਾਂ ਦੇ ਬਾਰੇ ਕਿਹਾ ਕੀ ਸੀ, ਜਿਸ ਨੂੰ ਲੈ ਕੇ ਇੰਨਾ ਰੌਲਾ ਪੈ ਗਿਆ ਹੈ। ਵਾਟ ਇਜ਼ ਯੋਰ ਨੇਮ ਬ੍ਰਦਰ ਵਿਦ ਦ ਟਰਬਨ? ਵਾਟ ਇਜ਼ ਯੋਰ ਨੇਮ? ਬਲਿੰਦਰ ਸਿੰਘ। ਦ ਫਾਈਟ ਇਜ਼ ਅਬਾਊਟ ਵੈਦਰ ਹੀ ਐਜ਼ ਅ ਸਿੱਖ ਇਜ਼ ਗੋਇੰਗ ਟੂ ਬੀ ਅਲਾਊਡ ਟੂ ਵੇਅਰ ਹਿਸ ਟਰਬਨ ਇਨ ਇੰਡੀਆ ਔਰ ਹੀ ਐਜ਼ ਅ ਸਿੱਖ ਇਜ਼ ਗੋਇੰਗ ਟੂ ਬੀ ਅਲਾਊਡ ਟੂ ਵੇਅਰ ਅ ਕੜਾ ਇਨ ਇੰਡੀਆ or he as a Sikh is going to be able to go to Gurdwara. That's what the fight is about, and not just for him, for all religions. ਰਾਹੁਲ ਗਾਂਧੀ ਦੇ ਵੱਲੋਂ ਤਾਂ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ, ਧਾਰਮਿਕ ਆਜ਼ਾਦੀ ਨੂੰ ਲੈ ਕੇ ਇਹ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ, ਪਰ ਭਾਰਤ ਸਰਕਾਰ ਨੇ, ਭਾਰਤੀ ਜਨਤਾ ਪਾਰਟੀ ਨੇ ਇਸ ਨੂੰ ਇਹ ਗੱਲ ਆ ਕੇ ਲਿਆ ਕਿ ਬਾਹਰ ਜਾ ਕੇ ਭਾਰਤ ਦੀ ਬਦਨਾਮੀ ਕਰਨ ਦਾ ਕੰਮ ਰਾਹੁਲ ਗਾਂਧੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਰਾਹੁਲ ਗਾਂਧੀ ਆਖ ਰਹੇ ਨੇ ਕਿ ਭਾਰਤ ਦੇ ਵਿੱਚ ਸਿੱਖ ਪੱਗ ਨਹੀਂ ਬੰਨ ਸਕਦੇ, ਕੜਾ ਨਹੀਂ ਪਹਿਨ ਸਕਦੇ, ਗੁਰਦੁਆਰੇ ਨਹੀਂ ਜਾ ਸਕਦੇ। ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਰਾਹੁਲ ਗਾਂਧੀ ਇਹ ਕੌਮ ਵੰਡੂ ਰਾਜਨੀਤੀ ਕਰ ਰਹੇ ਨੇ। ਰਾਹੁਲ ਗਾਂਧੀ ਜੀ ਨੇ ਅੱਜ ਅਮੈਰੀਕਾ ਦੇ ਅੰਦਰ ਜੋ ਸਿੱਖਾਂ ਦੇ ਪ੍ਰਤੀ ਨਫ਼ਰਤ ਭਰੀ ਔਰ ਬਹੁਤ ਹੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ, ਮੈਂ ਉਹਦੀ ਕੜੇ ਸ਼ਬਦਾਂ 'ਚ ਨਿੰਦਾ ਕਰਦਾ। ਇਹ ਕਹਿਣਾ ਕਿ ਭਾਰਤ ਦੇ ਅੰਦਰ ਸਿੱਖਾਂ ਦੀ ਦਸਤਾਰ ਕੜਾ ਸੁਰੱਖਿਅਤ ਨਹੀਂ, ਗੁਰਦੁਆਰੇ ਜਾ ਸਕਣਗੇ ਕਿ ਨਹੀਂ ਜਾ ਸਕਣਗੇ, ਇਸ ਦਾ ਸਵਾਲ ਆ। ਮੈਂ ਉਹਨਾਂ ਦੱਸਣਾ ਚਾਹੁੰਦਾ ਹਾਂ ਕਿ ਇਹ ਕੋਸ਼ਿਸ਼ਾਂ ਜ਼ਖਰੀਆ ਖਾਨ ਤੋਂ ਲੈ ਕੇ, ਔਰੰਗਜ਼ੇਬ ਤੋਂ ਲੈ ਕੇ, ਅਬਦਾਲੀ ਤੋਂ ਲੈ ਕੇ, ਗੋਰਿਆਂ ਤੋਂ ਲੈ ਕੇ ਔਰ ਕਾਂਗਰਸ ਤੱਕ ਸਭ ਨੇ ਕੋਸ਼ਿਸ਼ ਕੀਤੀ ਆ। ਸਿੱਖ ਦੀ ਦਸਤਾਰ ਨੂੰ ਕੋਈ ਹੱਥ ਪਾਉਣ ਦਾ ਕਲਪਨਾ ਵੀ ਨਹੀਂ ਕਰ ਸਕਦਾ, ਸੁਪਨੇ 'ਚੋਂ ਨਹੀਂ ਦੇਖ ਸਕਦਾ। ਔਰ ਮੈਂ ਇਹ ਵੀ ਜ਼ਰੂਰ ਕਹਿਣਾ ਚਾਹੁੰਦਾ, ਇਸ ਦੇਸ਼ ਦੇ ਅੰਦਰ ਉੱਚੇ ਤੋਂ ਉੱਚੇ ਪਦ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਹੋਵੇ, ਰਾਸ਼ਟਰਪਤੀ ਹੋਵੇ, ਸੈਨਾ ਅਧਿਆਕਸ਼ ਹੋਵੇ, ਸੁਪਰੀਮ ਕੋਰਟ ਦੇ ਚੀਫ ਜਸਟਿਸ ਹੋਣ, ਇਹ ਸਭ ਦੇ ਉੱਤੇ ਸਿੱਖ ਬੈਠੇ ਨੇ। ਬੜਾ ਸਨਮਾਨ ਇਸ ਦੇਸ਼ ਦੇ ਲੋਕ ਸਿੱਖਾਂ ਦਿੰਦੇ ਨੇ, ਪਰ ਤੁਸੀਂ ਹਮੇਸ਼ਾ ਹੀ ਇਸ ਤਰ੍ਹਾਂ ਦੀ ਦੇਸ਼ ਵੰਡੂ, ਕੌਮ ਵੰਡੂ, ਧਰਮ ਵੰਡੂ ਰਾਜਨੀਤੀ ਕੀਤੀ ਆ ਔਰ ਉਹ ਨਫ਼ਰਤ ਭਰੀ ਰਾਜਨੀਤੀ ਦੇ ਚੱਲਦੇ 1984 ਦੇ ਅੰਦਰ ਤੁਸੀਂ ਸਿੱਖਾਂ ਦਾ ਕਤਲੇਆਮ ਵੀ ਕਰਾਇਆ। ਸਿਰਸਾ ਤੋਂ ਇਲਾਵਾ ਭਾਜਪਾ ਦੇ ਸੀਨੀਅਰ ਆਗੂ ਹਰਦੀਪ ਪੁਰੀ ਦੇ ਵੱਲੋਂ ਵੀ ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਰਾਹੁਲ ਗਾਂਧੀ ਦੇ ਖਿਲਾਫ ਰੱਜ ਕੇ ਭੜਾਸ ਕੱਢੀ ਗਈ। ਉਹਨਾਂ ਨੇ ਆਖਿਆ ਰਾਹੁਲ ਗਾਂਧੀ ਦੇ ਵੱਲੋਂ ਬਿਲਕੁਲ ਤੱਥਾਂ ਤੋਂ ਦੂਰ ਗੱਲਾਂ ਕੀਤੀਆਂ ਜਾਂਦੀਆਂ ਨੇ। 1947 ਤੋਂ ਬਾਅਦ ਜੇਕਰ ਭਾਰਤ ਦੇ ਵਿੱਚ ਸਿੱਖ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਤਾਂ ਉਹ ਹੁਣ ਦਾ ਹੀ ਸਮਾਂ ਏ, ਜਦੋਂ ਤੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ। ਇਹਨਾਂ 10-11 ਸਾਲਾਂ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਸਿੱਖਾਂ ਨੇ ਭਾਰਤ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕੀਤਾ ਹੈ। ਹਰਦੀਪ ਪੁਰੀ ਨੇ ਇਹ ਦਾਅਵਾ ਕੀਤਾ
LOP ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਪਹੁੰਚੇ, ਪ੍ਰੈਸ ਕਾਨਫਰੰਸ ਉਹਨਾਂ ਦੇ ਵੱਲੋਂ ਇਸ ਮੁੱਦੇ 'ਤੇ ਕੀਤੀ ਗਈ। ਚਰਨਜੀਤ ਸਿੰਘ ਚੰਨੀ ਨੇ ਇਸ ਮੌਕੇ ਬੋਲਦਿਆਂ ਆਖਿਆ, ਰਾਹੁਲ ਗਾਂਧੀ ਦੀ ਜੋ ਚਿੰਤਾ ਹੈ ਉਹ ਜਾਇਜ਼ ਹੈ। ਅਬ ਜਿਸ ਤਰੀਕੇ ਸੇ ਬੀਜੇਪੀ ਇਸ ਉਨਕੀ ਜੋ ਸਟੇਟਮੈਂਟ ਹੈ ਇਸਕੋ ਮਿਸ ਇੰਟਰਪ੍ਰੇਟ ਕਰ ਰਹੀ ਹੈ, ਵੋ ਐਕਚੁਲੀ ਕਿਆ ਹੈ, ਵੋ ਇਹ ਨਹੀਂ ਕਹਿ ਰਹੇ ਹੈ ਕਿ ਜੀ ਇਹ ਬਾਹਰ ਜਾ ਕਰ ਬੋਲਾ ਹੈ ਇਸ ਲਈ ਬਦਨਾਮ ਹੋ ਗਏ ਹਮ। ਐਕਚੁਲੀ ਉਨਕੋ ਤਕਲੀਫ ਯੇ ਹੈ ਕਿ ਰਾਹੁਲ ਗਾਂਧੀ ਜੀ ਨੇ ਸਿੱਖੋਂ ਕੇ ਹੱਕ ਮੇਂ ਬੋਲਾ ਹੈ। ਤਕਲੀਫ ਯੇ ਹੈ ਕਿ ਇਹਨੋਨੇ ਸਿੱਖੋਂ ਕੇ ਹੱਕ ਮੇਂ ਕਿਉਂ ਬੋਲਾ, ਇਸ ਲਈ ਲੜਾਈ ਦੂਸਰੀ ਤਰਫ ਸੇ ਬਣਾ ਕਰ ਸਿੱਖੋਂ ਕੋ ਬਦਨਾਮ ਕਰਨੇ ਕੀ ਕੋਸ਼ਿਸ਼ ਕੀ ਜਾ ਰਹੀ ਹੈ, ਔਰ ਰਾਹੁਲ ਗਾਂਧੀ ਜੀ ਕੋ ਬਦਨਾਮ ਕਰਨੇ ਕੀ ਕੋਸ਼ਿਸ਼ ਕੀ ਜਾ ਰਹੀ ਹੈ। ਜੋ ਉਹਨੇ ਚਿੰਤਾ ਜ਼ਾਹਿਰ ਕੀ ਹੈ ਉਹ ਜਾਇਜ਼ ਹੈ, ਔਰ ਉਸਕੇ ਬਹੁਤ ਸਾਰੇ ਉਦਾਹਰਣ ਵੀ ਦੇ ਜਾ ਸਕਤੇ ਹੈ, ਮਿਨੋਰਟੀਜ਼ ਮੇਂ, ਦਲਿਤੋਂ ਮੇਂ, ST OBC ਮੇਂ, ਕਿ ਕਿਸ ਤਰੀਕੇ ਸੇ ਮੌਜੂਦਾ ਸਰਕਾਰ ਇਨਕੋ ਦਬਾ ਰਹੀ ਹੈ ਔਰ ਕਿਸ ਤਰੀਕੇ ਸੇ ਇਨਕੇ ਸਾਥ ਵਿਵਹਾਰ ਕੀਆ ਜਾ ਰਹਾ ਹੈ। ਜੋ ਵੀ ਕਿਸਾਨੀ ਕੀ ਬਾਤ ਕਰਤਾ ਹੈ, ਜੋ ਪੰਜਾਬ ਕੀ ਬਾਤ ਕਰਤਾ ਹੈ, ਜੋ ਸਿੱਖੋਂ ਕੀ ਬਾਤ ਕਰਤਾ ਹੈ, ਜੋ ਮਿਨੋਰਟੀ ਕੀ ਬਾਤ ਕਰਤਾ ਹੈ, ਜੋ SC ST ਕੀ ਬਾਤ ਕਰਤਾ ਹੈ, ਉਸਕੋ ਯਾ ਖਾਲਿਸਤਾਨੀ ਕਿਹਾ ਜਾਤਾ ਹੈ ਯਾ ਦੇਸ਼ ਵਿਰੋਧੀ ਕਿਹਾ ਜਾਤਾ ਹੈ, ਇਹ ਕੋਈ ਨਈ ਬਾਤ ਨਹੀਂ ਹੈ। ਭਾਜਪਾ ਅਤੇ ਕਾਂਗਰਸ ਤੋਂ ਬਾਅਦ ਗੱਲ ਜੇਕਰ ਸਿੱਖ ਹਸਤੀਆਂ ਦੀ ਕਰੀਏ, ਤਲਵੰਡੀ ਸਾਬੋ ਦੇ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਮੁੱਦੇ 'ਤੇ ਬੋਲੇ। ਉਹਨਾਂ ਨੇ ਆਖਿਆ, ਇਹ ਲੀਡਰ ਸੱਤਾ ਦੇ ਵਿੱਚ ਹੋ ਕੇ ਕੁਝ ਹੋਰ ਅਤੇ ਵਿਰੋਧੀ ਧਿਰ ਦੇ ਵਿੱਚ ਹੋਰ ਗੱਲਾਂ ਕਿਉਂ ਕਰਦੇ ਨੇ, ਜਦੋਂ ਇਹਨਾਂ ਦੀ ਸਰਕਾਰ ਸੀ ਇਹਨਾਂ ਨੇ ਸਿੱਖਾਂ ਨਾਲ ਕੀ ਕੁਝ ਕੀਤਾ ਅਤੇ ਹੁਣ ਵਿਰੋਧੀ ਧਿਰ ਦੇ ਵਿੱਚ ਹੋ ਕੇ ਇਹਨਾਂ ਨੂੰ ਸਿੱਖਾਂ ਦੀ ਚਿੰਤਾ ਹੋਣ ਲੱਗ ਪਈ ਹੈ। ਜੇ ਅਸੀਂ ਅੱਜ ਦੀ ਗੱਲ ਕਰੀਏ ਤੇ ਅੱਜ ਵੀ ਸਿੱਖਾਂ ਦੇ ਖਿਲਾਫ ਘਟੀਆ ਕਿਸਮ ਦੇ ਬਿਰਤਾਂਤ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿਰਜੇ ਜਾ ਰਹੇ ਨੇ। ਕਿਤੇ ਜੋਧਪੁਰ ਦੇ ਵਿੱਚ ਜੁਡੀਸ਼ਰੀ ਦੇ ਇਮਤਿਹਾਨ ਦੇ ਵਿੱਚ ਸਿੱਖ ਲੜਕਾ ਲੜਕੀ ਨੂੰ ਇਮਤਿਹਾਨ ਦੇ ਵਿੱਚ ਕਕਾਰ ਲਾ ਕੇ ਬੈਠਣ ਦਾ ਆਦੇਸ਼ ਜਾਰੀ ਕੀਤਾ ਜਾਂਦਾ, ਔਰ ਹੈਰਾਨੀ ਦੀ ਗੱਲ ਹੈ ਕਿ ਇਸ ਲੋਕ ਸਭਾ ਚੋਣਾਂ ਦੇ ਦੌਰਾਨ ਗੰਗਾਨਗਰ ਦੇ ਵਿੱਚ ਚੋਣ ਅਧਿਕਾਰੀਆਂ ਨੇ ਇਹ ਹਦਾਇਤ ਕੀਤੀ ਕਿ ਕੋਈ ਵੀ ਸਿੱਖ ਕਕਾਰ ਪਾ ਕੇ ਵੋਟ ਨਹੀਂ ਪਾ ਸਕਦਾ। ਇਹ ਕੋਈ ਸੜਕ ਦੇ ਤੁਰੇ ਜਾਂਦੇ ਮੰਦਬੁੱਧੀ ਰਾਹਗੀਰ ਜਿਹੜੇ ਆ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੇ, ਬਲਕਿ ਸਿੱਖਾਂ ਨਾਲ ਪੱਖਪਾਤੀ ਰਵੱਈਆ ਜਿਹੜਾ ਹੈ ਉਹ ਪੜ੍ਹੇ ਲਿਖੇ ਅਧਿਕਾਰੀਆਂ ਵੱਲੋਂ ਕੀਤਾ ਜਾਂਦਾ। ਕਿਤੇ ਨਾ ਕਿਤੇ ਅਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਕਾਂਗਰਸ ਨੇਤਾ ਦੇ ਬਿਆਨ ਨੂੰ ਪੁਖਤਾ ਕਰਦੀਆਂ ਨੇ ਔਰ ਸਿੱਖਾਂ ਦੇ ਅੰਦਰ ਵੀ ਬੇਗਾਨਗੀ ਦੇ ਭਾਵ ਨੂੰ ਪੈਦਾ ਕਰਦੀਆਂ ਨੇ। ਹੈਰਾਨੀ ਦੀ ਗੱਲ ਹੈ, ਜਦੋਂ ਸੱਤਾ ਦੇ ਵਿੱਚ ਹੁੰਦੇ ਹੈ ਉਦੋਂ ਰਵੱਈਆ ਜਿਹੜਾ ਹੈ ਉਹ ਕੁਝ ਹੋਰ ਹੁੰਦਾ ਸਿੱਖਾਂ ਦੇ ਪ੍ਰਤੀ, ਘੱਟ ਗਿਣਤੀਆਂ ਦੇ ਪ੍ਰਤੀ। ਜਦੋਂ ਸੱਤਾ ਤੋਂ ਪਾਸੇ ਹੁੰਦੇ ਆ ਉਦੋਂ ਰਵੱਈਆ ਜਿਹੜਾ ਹੈ ਉਹ ਕੁਝ ਹੋਰ ਹੁੰਦਾ ਹੈ। ਇਸ ਤਰ੍ਹਾਂ ਜਥੇਦਾਰ ਦੇ ਵੱਲੋਂ ਦੋਨਾਂ ਹੀ ਸਰਕਾਰਾਂ ਨੂੰ, ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਬਣੀਆਂ ਨੇ ਭਾਰਤ ਦੇ ਵਿੱਚ, ਕੇਂਦਰ ਦੇ ਵਿੱਚ, ਸਾਰੀਆਂ ਨੂੰ ਹੀ ਲਪੇਟੇ ਦੇ ਵਿੱਚ ਲੈ ਲਿਆ ਗਿਆ ਹੈ। ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰੀਏ, ਜਿਨ੍ਹਾਂ ਨੂੰ ਕਿ ਸਿੱਖਾਂ ਦੀ ਪਾਰਟੀ ਆਖਿਆ ਜਾਂਦਾ ਹੈ, ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ, ਤਾਂ ਉਸਦੇ ਵੱਲੋਂ ਵੀ ਦੋਵਾਂ ਹੀ ਪਾਰਟੀਆਂ ਨੂੰ ਨਿਸ਼ਾਨੇ 'ਤੇ ਲੈਣ ਦਾ ਕੰਮ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਆਖਿਆ, ਰਾਹੁਲ ਗਾਂਧੀ ਹੁਣ ਤਾਂ ਚਿੰਤਾ ਪ੍ਰਗਟ ਕਰ ਰਹੇ ਨੇ, ਪਰ ਜੋ ਕੁਝ ਇਸ ਵੇਲੇ ਹੋ ਰਿਹਾ ਹੈ, ਜੋ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਸਿੱਖਾਂ ਨਾਲ ਕਰ ਰਹੀ ਹੈ, ਉਸ ਦਾ ਬੀਜ ਤਾਂ ਕਾਂਗਰਸ ਨੇ ਬੀਜਿਆ।
ਅੱਜ ਰਾਹੁਲ ਗਾਂਧੀ ਸਾਹਿਬ ਨੇ ਜਿਹੜੇ ਸਵਾਲ ਖੜੇ ਕੀਤੇ ਨੇ, ਉਹ ਸਵਾਲਾਂ ਦੇ ਜਵਾਬ ਇਹ ਦੋਨਾਂ ਨੂੰ ਹੀ ਦੇਣੇ ਪੈਣਗੇ, ਕਾਂਗਰਸ ਨੂੰ ਵੀ ਬੀਜੇਪੀ ਨੂੰ ਵੀ। ਠੀਕ ਹੈ, ਬੀਜੇਪੀ ਅੱਜ ਹੁਕਮਰਾਨ ਤੇ ਰਹਿ, ਪਹਿਲਾ ਸਵਾਲ ਬੀਜੇਪੀ ਨੂੰ ਕਰਦੇ, ਕਿਉਂ ਬਾਰ ਬਾਰ ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਸਿੱਖਾਂ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਜਾ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀ ਕੋਸ਼ਿਸ਼, ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ, ਪਰ ਜੇ ਅੱਜ ਕੇਂਦਰ ਦੇ ਵਿੱਚ ਬੈਠੀ ਬੀਜੇਪੀ ਜ਼ਿੰਮੇਵਾਰ ਹੈ ਤਾਂ ਕਾਂਗਰਸ ਵੀ ਓਡੀ ਵੱਡੀ ਜ਼ਿੰਮੇਵਾਰ ਹੈ, ਕਿਉਂਕਿ ਇਹ ਬੀਜ ਬੋਇਆ ਸੀ ਹਰਿਆਣਾ 'ਚ ਭੁਪਿੰਦਰ ਸਿੰਘ ਹੁੱਡਾ ਨੇ, ਤਾਂ ਉਦੋਂ ਰਾਹੁਲ ਗਾਂਧੀ ਸਾਹਿਬ ਇਹਦੇ ਬਾਰੇ ਕਿਉਂ ਨਹੀਂ ਬੋਲੇ? ਹੁੱਡਾ ਸਾਹਿਬ ਇਹਦਾ ਬੀ ਲਾ ਕੇ ਗਏ, ਇਹਨੂੰ ਤੋੜਨ ਦੀ ਕੋਸ਼ਿਸ਼ ਨੂੰ ਇੱਕ ਅਮਲੀ ਜਾਮਾ ਪਹਿਨਾ ਕੇ ਗਏ, ਤੇ ਬੀਜੇਪੀ ਦੀ ਸਰਕਾਰ ਨੇ ਆ ਕੇ ਉਹਨੂੰ ਅੰਤਿਮ ਰੂਪ ਦਿੱਤਾ, ਕਿੱਲ ਠੋਕਤੀ, ਤੇ ਅੱਜ ਸਾਰੀ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਬੀਜੇਪੀ ਦਾ ਸਰਕਾਰੀ ਰਾਜ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੀ ਦੋਵਾਂ ਪਾਰਟੀਆਂ ਨੂੰ, ਜਿਨ੍ਹਾਂ ਨੇ ਦੇਸ਼ 'ਤੇ ਰਾਜ ਕੀਤਾ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ, ਦੋਵਾਂ ਨੂੰ ਹੀ ਨਿਸ਼ਾਨੇ 'ਤੇ ਲੈਣ ਦਾ ਕੰਮ ਕਰ ਦਿੱਤਾ ਗਿਆ ਅਤੇ ਦੋਵਾਂ ਨੂੰ ਹੀ ਸਿੱਖਾਂ ਦੇ ਖਿਲਾਫ ਜੋ ਕੁਝ ਵੀ ਹੁਣ ਤੱਕ ਵਾਪਰਿਆ ਜਾਂ ਫਿਰ ਵਾਪਰ ਰਿਹਾ ਹੈ ਦੋਵਾਂ ਨੂੰ ਬਰਾਬਰ ਦਾ ਜ਼ਿੰਮੇਵਾਰ ਅਕਾਲੀ ਦਲ ਨੇ ਵੀ ਦੱਸ ਦਿੱਤਾ ਹੈ। ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਵੀ ਚਰਚਾ ਚੱਲ ਪਈ ਕਿ ਕੀ ਭਾਰਤ ਦੇ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ। ਇਸੇ ਕਰਕੇ ਹੀ ਭਾਰਤ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਨੂੰ ਸਭ ਤੋਂ ਜ਼ਿਆਦਾ ਗੁੱਸਾ ਚੜ੍ਹਿਆ ਕਿ ਅਮਰੀਕਾ ਦੇ ਵਿੱਚ, ਦੂਜੇ ਮੁਲਕ ਦੇ ਵਿੱਚ ਜਾ ਕੇ ਰਾਹੁਲ ਗਾਂਧੀ ਦੇ ਵੱਲੋਂ ਇਹ ਬਿਆਨਬਾਜ਼ੀ ਕਿਉਂ ਕੀਤੀ ਗਈ ਹੈ। ਰਾਏ ਇੱਥੇ ਅਸੀਂ ਤੁਹਾਡੀ ਵੀ ਜਾਣ ਲੈਣਾ ਚਾਹੁੰਦੇ ਹਾਂ ਕਿ ਰਾਹੁਲ ਗਾਂਧੀ ਨੇ ਇਹ ਜੋ ਸਿੱਖਾਂ ਦੇ ਬਾਰੇ ਅਮਰੀਕਾ ਦੇ ਵਿੱਚ ਬਿਆਨ ਦਿੱਤਾ ਹੈ, ਇਸ ਬਿਆਨ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ। ਜੇਕਰ ਇਸੇ ਤਰ੍ਹਾਂ ਹੀ ਹਰ ਖਬਰ ਨੂੰ ਨਿਰਪੱਖਤਾ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ ਯੂਟਿਊਬ 'ਤੇ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ 'ਤੇ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਹਰ ਖਬਰ ਦਾ ਸੱਚ।